ਜੀ ਸਭ ਤਰੀਫਾਂ ਅੱਲਾ ਲਈ ਜੋ ਪਾਲਣਹਾਰਾ ਸਭ ਦਾ ਵੱਡੀ ਮਿਹਰ ਤੇ ਰਹਿਮਤ ਵਾਲਾ ਬਣੇ ਸਹਾਰਾ ਸਭ ਦਾ ਮਹੱਬਤਾਂ ਲਈ ਮੈਂ ਤੁਹਾਡਾ ਆਪਣਾ ਵੀਰ ਸ਼ੌਕਤ ਹਿਆਤ ਤੁਸੀਂ ਵੇਖ ਰਹੇ ਹੋ YouTube ਚੈਨਲ ਅਮੀਨਪੁਰ ਬੰਗਲਾ ਕੀ ਦੁਨੀਆ ਮਹੱਬਤਾਂ ਲਈ ਦੂਸਰਾ ਚੈਨਲ ਹੈ ਵਿਲੇਜ ਰਾਉਂਡ ਔਰ TikTok ਆਈਡੀ ਹੈ ਸ਼ੌਕਤ ਹਿਆਤ ਦੇ ਨਾਮ ਤੇ ਸ਼ਾਹਿਦ ਹੁਸੈਨ ਔਰ ਫੈਜ਼ੀ ਛੀਨਾ ਦੇ ਨਾਮ ਤੇ ਵਿਲੇਜ ਰਾਉਂਡ 2 ਵੀ ਇੱਕ ਆਈਡੀ ਹੈਗੀ ਹੈ TikTok ਤੇ Facebook ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਜੀ ਬਬਤਾਲੋ ਜਿਸ ਤਰ੍ਹਾਂ ਤੁਹਾਨੂੰ ਮਾਲੂਮ ਹੈ ਕਿ ਸੇਲ ਪਰਚੇਜ਼ ਘੋੜਿਆਂ ਦੀ ਜਿਹੜੀ ਹੈ ਉਹ ਆਨਲਾਈਨ ਇਸੇ ਤਰ੍ਹਾਂ ਹੀ ਜਾਰੀ ਹੈ। ਅਲਹਮਦੁਲਿਲਾ ਪੂਰੇ ਪਾਕਿਸਤਾਨ ਦੇ ਵਿੱਚ ਕੰਮ ਜਿਹੜਾ ਉਹ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ। ਜਿਹਨੂੰ ਕਹਿੰਦੇ ਨੇ ਡੰਕੇ ਦੀ ਚੋੜ ਤੇ ਕਰ ਰਹੇ ਆ। ਮਾਲਕਾਂ ਦੇ ਨਾਲ ਡਾਇਰੈਕਟ ਗੱਲਾਂ ਬਾਤਾਂ ਕਰਾਈ ਦੀਆਂ ਨੇ। ਦੋਸਤ ਅਹਬਾਬ ਵੀਡੀਓ ਭੇਜਦੇ ਨੇ, ਇਤਲਾਹ ਦਿੰਦੇ ਨੇ ਅਸੀਂ ਫਿਰ ਮੌਕੇ ਤੇ ਜਾਈਦਾ ਹੈ, ਵੇਖੀਦਾ ਜਾਨਵਰ। ਵੇਖ ਕੇ ਪਸੰਦ ਕਰਕੇ ਖਰੀਦਾ ਕੁਝ ਦੋਸਤ ਨਾਲ ਆ ਜਾਂਦੇ ਨੇ ਮੌਕੇ ਤੇ ਜਾ ਕੇ ਵੇਖਦੇ ਨੇ ਤੇ ਕੁਝ ਦੋਸਤ ਸਾਡੇ ਤੇ ਟਰਸਟ ਕਰਦੇ ਨੇ ਇਤਮਾਦ ਕਰਦੇ ਨੇ ਉਹਨਾਂ ਦੇ ਇਤਮਾਦ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੇ ਆ ਜਿਹੜੇ ਦੋਸਤ ਇਤਮਾਦ ਕਰਦੇ ਨੇ ਅਸੀਂ ਵੀ ਇਨਸ਼ਾਅੱਲਾ ਪੂਰੀ ਕੋਸ਼ਿਸ਼ ਕਰਾਂਗੇ ਔਰ ਅਸੀਂ ਵਾਅਦਾ ਕੀਤਾ ਹੈ ਆਪਣੇ ਰੱਬ ਦੀ ਜ਼ਾਤ ਦੇ ਅੱਗੇ ਕਿ ਉਹਨਾਂ ਦੇ ਵਾਅਦੇ ਨੂੰ ਜਨਾਬ ਅਸੀਂ ਕਦੀ ਵੀ ਜਿਹੜਾ ਨਾ ਇਤਮਾਦ ਕਰਦੇ ਨੇ ਅਸੀਂ ਉਸ ਇਤਮਾਦ ਨੂੰ ਠੇਸ ਬਿਲਕੁਲ ਨਹੀਂ ਪਹੁੰਚਾਵਾਂਗੇ ਇੱਕ ਹੋਰ ਗੱਲ ਅਕਸਰ ਮੈਂ ਗੱਲ ਕਰਨਾ ਹੋ ਨਾਵਾ ਕਿ ਬਹੁਤ ਸਾਰੇ ਦੋਸਤ ਆਪਣੀ ਆਪਣੀ رائے ਦਾ ਇਜ਼ਹਾਰ ਕਰਦੇ ਨੇ ਮੁxtਲਫ ਉਹਨਾਂ ਦੇ ਆਪਣੇ ਆਪਣੇ ਜਿਹੜੇ ਜ਼ੇਨ ਹੁੰਦੇ ਨੇ ਉਹਦੇ ਮੁਤਾਬਕ ਉਹ ਆਪਣੀ رائے ਦਾ ਇਜ਼ਹਾਰ ਕਰਦੇ ਨੇ ਕਿਸੇ ਦਾ ਚੰਗਾ ਹੈ ਕਿਸੇ ਦਾ ਮੰਦਾ ਹੈ ਸਿੱਧੀ ਜਿਹੜੀ ਗੱਲ ਹੈ ਚੰਗਾ ਮੰਦਾ ਦੁਨੀਆ ਦੇ ਵਿੱਚ ਸਭ ਕੁਝ ਮੌਜੂਦ ਹੈ ਤੇ ਇਸ ਜਗ੍ਹਾ ਦੇ ਇੱਕ ਕਿਸੇ ਬੜੇ ਹੀ ਸਿਆਣੇ ਬਜ਼ੁਰਗ ਨੇ ਫਰਮਾਇਆ ਸੀ ਕਿ ਇਹ ਸਾਰੇ ਹੀ ਰੱਬ ਦੇ ਬੰਦੇ ਨੇ ਕੁਝ ਚੰਗੇ ਨੇ ਤੇ ਕੁਝ ਮੰਦੇ ਨੇ ਤੇ ਤੂੰ ਸਭ ਦੇ ਦਰਦ ਵੰਡਾਈ ਜਾ 아이 ਸਮਝ ਅਸੀਂ ਜਨਾਬ ਅਲਹਮਦੁਲਿਲਾ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਜਿਹੜੇ ਉਹ ਕਮੈਂਟ ਕਰਦੇ ਨੇ ਨਾ ਉਹ ਆਪਣੀ ਸਿਰਫ ਜ਼ਹਨੀयत ਦੀ ਅਕਾਸੀ ਜਿਹੜੀ ਹੈ ਨਾ ਉਹ ਕਰਦੇ ਨੇ ਠੀਕ ਹੈ ਨਾ ਜੀ ਇਹਦੇ ਨਾਲ ਇੱਕ ਹੋਰ ਮੈਂ ਗੱਲ ਕਰਦਾ ਜਾਵਾਂ ਬੜੀ ਕੰਮ ਦੀ ਗੱਲ ਜੇ ਤੇ ਇੱਕ ਮੈਸੇਜ ਜਿਹੜਾ ਬਿਹਤਰੀਨ ਜੇ ਕਿ ਬਦਤਮੀਜ਼ੀ ਦਾ ਤਲਕ ਜਿਹੜਾ ਹੈ ਨਾ ਉਹ ilm ਦੇ ਨਾਲ ਨਹੀਂ ਜੇ ਤਾਲੀਮ ਦੇ ਨਾਲ ਨਹੀਂ ਜੇ ਉਹ ਤਰਬੀਅਤ ਦੇ ਨਾਲ ਜੁੜਿਆ ਹੋਇਆ ਹੈ ਸ਼ਾਹ ਸਾਹਿਬ ਜਰਾ ਮੇਰੇ ਨਾਲ ਫੋਕਸ ਘਟ ਕਰੋ ਤੇ ਜਰਾ ਜਾਨਵਰ ਵਿਖਾਈ ਜੋ ਨਾਲ-ਨਾਲ ਬਤਵੀਜ ਦੇ ਤੱਲਕ تعلیم ਨਾਲ ਨਹੀਂ ਤਰਬੀਅਤ ਨਾਲ ਜੁੜਿਆ ਹੋਇਆ ਜੇ ਮੁਹੱਬਤਾਂ ਲਿਓ ਐ ਜਰਾ ਜਾਨਵਰ ਵੀ ਨਾਲ ਦੇ ਨਾਲ ਵੇਖਦੇ ਰਹੋ ਤੇ ਸ਼ੌਕ ਕਰਦੇ ਰਹੋ ਦੁਆਵਾਂ ਚ ਯਾਦ ਰੱਖਿਆ ਕਰੋ ਸਾਨੂੰ ਜਨਾਬ ਤੇ ਅੱਛਾ ਜਿਹਾ ਇੱਕ ਮਿੰਟ ਜਿਹੜਾ ਹੈ ਨਾ ਉਹ ਕਰ ਦਿਆ ਕਰੋ ਇਹ ਜਾਨਵਰ ਅਲਹਮਦੁਲਿਲਾ ਸੇਲ ਹੋ ਗਿਆ ਇਹ ਅੱਜ ਤੋਂ ਤਕਰੀਬਨ ਕੋਈ 1 ਮਹੀਨਾ ਤੇ 18 ਦਿਨ ਪਹਿਲੇ ਇਹ ਸਾਡੇ ਕੋਲ ਜਾਨਵਰ ਆਇਆ ਸੀ ਜਾਨਵਰ ਲਗਾਇਆ ਸੀ ਆਈਡੀ ਦੇ ਉੱਪਰ ਇਹ ਹੁਣ ਹੋ ਗਿਆ ਸੇਲ ਅਲਹਮਦੁਲਿਲਾ ਸੇਲ ਹੋ ਗਿਆ ਔਰ ਅੱਲਾਹ ਤਾਲਾ ਮਾਲਕਾਂ ਦੇ ਨਸੀਬ ਕਰੇ ਜਿਨ੍ਹਾਂ ਨੇ ਖਰੀਦਿਆ ਤੁਹਾਨੂੰ ਉਹ ਵੀ ਐਂਡ ਤੇ ਦੱਸਾਂਗੇ ਫਿਲਹਾਲ ਫਰਸਟ ਆਨਰ ਮੌਜੂਦ ਨੇ ਸਾਡੇ ਕੋਲ ਪਹਿਲੇ ਜਿਹੜੇ ਸਕੋੜੇ ਦੇ ਵੈਸੇ ਰੱਬ ਮਾਲਕ ਹੈ ਕਿ ਇਹ ਨਾਲ ਜਿਹੜੀ ਦੇਖਭਾਲ ਕਰ ਰਹੇ ਸਨ ਰੱਬ ਨੇ ਇਹਨਾਂ ਦੇ ਜ਼ਿੰਮੇ ਲਾਇਆ ਸੀ ਕਿ ਇਹ ਤੁਹਾਡੇ ਜ਼ਿੰਮੇ ਵਿੱਚ ਇਹਨਾਂ ਕੋਲੋਂ ਪੁੱਛਦੇ ਆ ਇਸ ਬਚੇਰੇ ਦੇ ਬਾਰੇ ਗੱਲਬਾਤ ਔਰ ਇਹਨਾਂ ਨੂੰ ਪੇਮੈਂਟ ਵਗੈਰਾ ਮਿਲ ਗਈ ਹੈ ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗੇ ਸਿਰਫ ਦੱਸਣ ਦਾ ਮਕਸਦ ਇਹ ਹੁੰਦਾ ਕਿ ਆਨਲਾਈਨ ਫਰਾਡ ਬਹੁਤ ਜ਼ਿਆਦਾ ਹੋ ਰਿਹਾ ਨੇ ਆਨਲਾਈਨ ਫਰਾਡ ਬਹੁਤ ਜ਼ਿਆਦਾ ਹੋ ਰਿਹਾ ਨੇ ਸਿਰਫ ਤਸੱਲੀ ਕਰਨ ਵਾਸਤੇ ਲੋਕਾਂ ਦੀ ਕਿ ਨਹੀਂ ਜਨਾਬ ਫਰਕ ਨਾਲ ਜਹਾਨ ਮੌਜੂਦ ਹੈ ਫਰਕ ਦੇ ਨਾਲ ਜਹਾਨ ਮੌਜੂਦ ਹੈ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਤੇ ਹੁਣ ਜਨਾਬ ਜ਼ਿਆਦਾ ਗੱਲਾਂ ਨਹੀਂ ਕਰਦੇ ਤੇ ਉਹ ਗੱਲਬਾਤ ਕਰ ਲੈਣੇ ਭਾਈ ਇਹ ਵੀ ਪੁੱਛਦੇ ਬਸ ਇਸ ਟਾਈਮ ਮੌਜੂਦ ਕਿੱਥੇ ਆਂ ਅਸਲਾਮੁਅਲੈਕਮ ਜੀ ਜੀ ਵੈਲਕਮ ਅਸਲਾਮ ਭਾਈ ਜਨਾ ਆਪਣਾ ਨਾਮ ਦੱਸਿਓ ਜੀ ਮੁਹੰਮਦ ਇਮਰਾਨ ਫਤਿਆਨਾ ਇਹ ਕਿਹੜਾ ਇਲਾਕਾ ਜਿੱਥੇ ਅਸੀਂ ਖਲੋਤੇ ਆਏ ਇਹ ਜੀ ਜ਼ਿਲ੍ਹਾ ਸਈਵਾਲ ਮੰਡ ਗੁਮਰੀ ਜ਼ਿਲ੍ਹਾ ਸਈਵਾਲ ਮੰਡ ਗੁਮਰੀ ਤੇ ইমরান ਭਈਏ ਦੱਸੋ ਕਿ ਤੁਹਾਡਾ ਸਾਡਾ ਰابطਾ ਕਿਸ ਤਰ੍ਹਾਂ ਹੋਇਆ ਸੀ ਜੀ ਆਪਣਾ ਰابطਾ ਜੀ ਫੋਨ ਤੇ ਹੋਇਆ ਜੀ ਤੁਹਾਡਾ ਨੰਬਰ ਲਿਆ ਤੁਹਾਡੇ YouTube ਦੇ ذریعے TikTok ਦੇ ذریعے ਹਾਂ YouTube ਦੇ ذریعے ਆਪਣਾ ਨੰਬਰ ਤੁਹਾਡਾ ਲਿਆ ਮੈਂ ਤੇ ਉਸ ਤਰ੍ਹਾਂ ਰابطਾ ਹੋਇਆ ਅੱਛਾ ਇਹ ਦੱਸੋ ਕਿ ਅੱਗੇ ਤੋਂ ਚਲੋ ਫੋਨ ਤੇ ਗੱਲਾਂ ਬਾਤਾਂ ਹੋਇਆ ਸੀ ਹੁਣ ਜਰਾ ਆਮਣੇ ਸਾਹਮਣੇ ਅਸੀਂ ਆਏ ਆ ਤੁਸੀਂ ਸਾਨੂੰ ਵੇਖਿਆ ਹਾਂ ਜਿਹੜਾ ਅਸੀਂ ਇਹ ਤੁਹਾਡੀ ਡੀਲ ਕਰਾਈ ਏ ਹਾਂ ਜੀ ਇਹਦੇ ਬਾਰੇ ਤੁਹਾਡੇ ਤਾਸੂ ਰਾਤ ਕੀ ਨੇ ਸਿਰਫ ਇਹ ਦੱਸੋ ਹਾਂ ਬਲਾ ਜੀ ਬਿਲਕੁਲ ਜਿਸ ਤਰ੍ਹਾਂ ਕਿ ਤੁਹਾਡੇ ਨਾਲ ਰابطਾ ਹੋਇਆ ਹੈ ਉਸ ਤੋਂ ਬਾਅਦ ਜੀ ਤੁਸੀਂ ਆਇਓ ਬਹੁਤ ਅੱਛਾ ਲੱਗਿਆ ਜੀ ਤੇ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਕਿ ਕੋਈ ਦੋ ਨੰਬਰੀ ਵਾਲੀ ਗੱਲ ਨਹੀਂ ਕੋਈ ਇਸ ਤਰ੍ਹਾਂ ਦਾ ਮਾਮਲਾਤ ਨਹੀਂ ਹੈ ਪੈਸੇ ਤੁਹਾਨੂੰ ਤੁਸੀਂ ਪੈਸੇ ਜਿਵੇਂ ਕਰਕੇ ਆਖ ਨਹੀਂ ਹੋਏ ਪੈਸੇ ਸਾਨੂੰ ਮਿਲ ਗਏ ਨੇ ਜੀ ਮਿਲ ਗਏ ਨੇ ਇਨਕੇ ਅਕਾਊਂਟ 'ਚ ਤੁਹਾਨੂੰ ਪੈਸੇ ਆ ਗਏ ਨੇ ਮਾਲਕਾਂ ਨਾਲ ਤੁਹਾਡੀ ਡਾਇਰੈਕਟ ਗੱਲ ਕਰਾਈ ਹੈ ਜੀ ਬਿਲਕੁਲ ਮਾਲਕਾਂ ਨਾਲ ਵੀ ਗੱਲ ਹੋ ਗਈ ਤੇ ਪੈਸੇ ਹਾਂ ਜੀ ਹਾਂ ਜੀ ਪੈਸੇ ਜਿਸ ਤਰ੍ਹਾਂ ਦੀ ਗੱਲ ਹੋਈ ਉਸ ਤਰ੍ਹਾਂ ਦੀ ਕਲੀਅਰ ਹੋਈ ਹੈ ਕੋਈ ਉਹਦੇ ਵਿੱਚ ਦੁੱਖ ਵਾਲੀ ਗੱਲ ਨਹੀਂ ਹੋਈ ਜੀ ਅੱਛਾ ਇਹ ਦੱਸਿਓ ਕਿ ਇਸ ਬਛੇਰੇ ਦੀ ਭਲਾ ਉਮਰ ਕਿੰਨੀ ਸੀ ਇਹਦੀ ਜੀ 17.5 ਮਹੀਨੇ 17.5 ਮਹੀਨੇ ਹਾਂ ਜੀ ਅੱਛਾ ਇਸ ਦੀ ਮਾਂ ਭਲਾ ਕਿਹੜੇ ਰੰਗ ਦੀ ਸੀ ਉਹ ਜੀ ਕਮੈਤ ਤੇ ਮੱਥਾ ਬੱਲੇ ਜੀ ਪਿਛਲੇ ਪੈਰ ਦੋ ਦੋਤੇ ਹੋਏ ਠੀਕ ਹੋ ਗਿਆ ਹਾਂਜੀ ਅੱਛਾ ਇਹ ਦੱਸੋ ਕਿ ਇਹਨੂੰ ਥੱਲੇ ਕਹਿ ਲੋ ਕਿ ਖੀਰਾ ਹੀ ਇਹ ਤੇ ਘੱਮ ਸ਼ਾਮ ਤੱਕ ਨਹੀਂ ਨਾ ਬਿਲਕੁਲ ਨਹੀਂ ਬਿਲਕੁਲ ਹਾਲੀ ਕਲੀਅਰ ਹੈ ਕੋਈ ਕੰਮ ਤੇ ਨਹੀਂ ਲਾਇਆ ਹਾਲੀ ਕੜਿਆਲੀ ਵੀ ਕਿਸੇ ਟਾਈਮ ਦੇਈ ਦੀਏ ਨਹੀਂ ਤਾਂ ਕੋਈ ਨਹੀਂ ਡੱਕਿਆ ਸੇਚ ਵੀ ਨਹੀਂ ਹਾਲੀ ਚਲੋ ਠੀਕ ਹੋ ਗਿਆ ਅੱਛਾ ਦੋਸਤੋ ਇੱਕ ਹੋਰ ਗੱਲ ਕਰਦਾ ਜਾਵਾਂ ਕਿ ਮੈਂ ਇਹ ਭਾਈ ਹੋਰਾਂ ਦੀ ਨਾ ਗੱਲ ਤੁਹਾਨੂੰ ਮੈਂ ਦੱਸਣਾ ਵਾਂ ਅਕਸਰ ਦੋਸਤ ਜਿਹੜੇ ਰਹਿਣਾ ਉਹ ਕੋਈ ਓਲਾ ਰੱਖ ਜਾਂਦੇ ਨੇ ਗੱਲ ਦੇ ਵਿੱਚ ਜਾਨਵਰ ਦੇ ਵਿੱਚ ਓਲਾ ਰੱਖਦੇ ਨੇ ਇਮਰਾਨ ਭਾਈ ਨੇ ਮੈਨੂੰ ਪਹਿਲੇ ਦਿਨ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਸੀ ਕਿ ਭਾਈ ਜੀ ਇਹ ਚੀਜ਼ ਹੈ ਇਹ ਉਹ ਜਾਨਵਰ ਹੈ ਤੇ ਅਸੀਂ ਅਲਹਮਦੁਲਿਲਾ ਮੌਕੇ ਤੇ ਆ ਕੇ ਵੇਖਿਆ ਤੇ ਉਹੀ ਪਾਇਆ ਵੇ ਸਿਰਫ ਆ ਜਾ ਕੇ ਤੇ ਥੋੜਾ ਜਿਹਾ ਅਗਰ ਹੋਇਆ ਤੇ ਕਦ ਦਾ ਫਰਕ ਪਿਆ ਹੋਵੇ ਸਾਨੂੰ ਠੀਕ ਹੈ ਜੀ 18 ਇੰਚੀ ਟੇਪ ਹੈ ਜੀ ਇਹ ਮੇਰੇ ਉਹ ਫਰਕ ਆਇਆ ਹੈ ਇਹਨਾਂ ਦੇ ਮੁਤਾਬਕ ਜਿਹੜਾ ਇਹਨਾਂ ਨੇ ਕੱਦ ਦੱਸਿਆ ਸੀ ਉਹ ਇਹਨਾਂ ਦੇ ਮੁਤਾਬਕ ਠੀਕ ਸੀ ਲੇਕਿਨ ਜਿਸ ਤਰ੍ਹਾਂ ਅਸੀਂ ਆਪਣਾ ਆਪ ਨਾਪਿਆ ਵੇ ਸਾਡੇ ਮੁਤਾਬਕ 19 20 ਦਾ ਕੋਈ ਫਰਕ ਪਿਆ ਹੋਵੇ ਬਾਕੀ ਜੋ ਇਹਨਾਂ ਨੇ ਗੱਲਾਂ ਦਸੀਆਂ ਸੀ ਉਹ ਅਲਹਮਦੁਲਿਲਾ ਉਸ ਇਸ ਜਾਨਵਰ ਦੇ ਵਿੱਚ ਉਹ ਪੂਰੀਆਂ ਨਿਕਲੀਆਂ ਨੇ ਤੇ ਜਿਹੜੇ ਦੋਸਤ ਇਸ ਤਰ੍ਹਾਂ ਰੱਖਦੇ ਨੇ ਨਾ ਉਹਲਾ ਵਿੱਚ ਜਾਨਵਰ ਵੀ ਲੁਕਾ ਕੇ ਉਹ ਯਾਰ ਚੰਗਾ ਨਹੀਂ ਬਿਹਤਰ ਨਹੀਂ ਹੁੰਦਾ ਜਿਹੜੀ ਗੱਲ ਹੋਵੇ ਕਲੀਅਰ ਦੱਸ ਦਿਆ ਕਰੋ ਤੇ ਕਿਸਮਤ ਜਾਂ ਨਸੀਬ ਹੁੰਦਾ ਵੇ ਤੇ ਇੱਕ ਹੋਰ ਗੱਲ ਜਾਨਵਰ ਦਾ ਜਦੋਂ ਦਾਣਾ ਪਾਣੀ ਜਿੱਥੇ ਹੁੰਦਾ ਨਾ ਜਿੰਨੀ ਦੇਰ ਤੇ ਲਿਖਿਆ ਉਹਨੇ ਉੱਥੇ ਖਾਣਾ ਹੀ ਖਾਣਾ ਹੁੰਦਾ ਜਾਨਵਰ ਲੱਗੇ ਹੁੰਦੇ ਨੇ ਆਈਡੀਆਂ ਤੇ ਚੈਨਲਾਂ ਤੇ ਨਹੀਂ ਵੀ ਸੇਲ ਹੁੰਦੇ ਸਾਡੇ ਜ਼ਰੀਏ ਸਾਰੇ ਨਹੀਂ ਵੀ ਸੇਲ ਹੁੰਦੇ ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਹੀ ਅਸੀਂ ਸੇਲ ਕਰੀ ਜਾਣੇ ਆ ਨਹੀਂ ਮਾਲਕ ਡਾਇਰੈਕਟ ਵੀ ਕਰ ਲੈਂਦੇ ਨੇ ਤੇ ਦੋਸਤੋ ਹੁਣ ਵੀਡੀਓ ਦਾ ਐਂਡ ਕਰੀਏ ਨੰਬਰ ਜੇ ਸਾਡਾ ਅਗਰ ਸਾਡਾ ਰਾਬਤਾ ਕਰਨਾ ਹੈ ਤਾਂ 03453103131 ਇਹ ਕਾਲ ਵੀ ਹੈ WhatsApp ਵੀ ਹੈ ਦੂਸਰਾ ਨੰਬਰ WhatsApp ਦਾ ਸਿਰਫ 03487637308 ਇਹ ਤੇ WhatsApp ਜੇ ਕਿਸੇ ਵੀਰ ਨੇ ਜਾਨਵਰ ਕੋ ਖਰੀਦ ਕਰਨਾ ਹੋਵੇ ਨਾ ਤਾਂ ਸਾਣਾ ਰਾਬਤਾ ਕਰ ਸਕਦੇ ਹੋ ਕਿਸੇ ਨੂੰ ਅਗਰ ਸੇਲ ਕਰਨਾ ਹੋਵੇ ਤੇ ਉਹ ਵੀ ਸਾਣਾ ਰਾਬਤਾ ਇਹਨਾਂ ਨੰਬਰਾਂ ਤੇ ਕਰ ਸਕਦੇ ਹੋ ਵੀਡੀਓ ਚੰਗੇ ਲੱਗੇ ਤਾਂ ਕਿ ਸ਼ੇਅਰ ਜ਼ਰੂਰ ਦੋਸਤਾਂ ਤੱਕ ਕਰ ਦਿਜੇ ਤਾਂ ਕਿ ਦੂਸਰੇ ਦੋਸਤਾਂ ਨੂੰ ਵੀ ਪਤਾ ਲੱਗੇ ਕਿ ਭਾਈ ਕੰਮ ਹੋ ਰਿਹਾ ਵੇ ਅਲਹਮਦੁਲਿਲਾ ਬਿਲਕੁਲ ਠੀਕ ਠਾਕ ਹੋ ਰਿਹਾ ਹੈ ਅੱਛਾ ਇਮਰਾਨ ਭਾਈ ਥੋੜਾ ਜਿਹਾ ਇਹਨਾਂ ਮਸ਼ੀਨਾਂ ਟੋਰ ਕੇ ਨਾ ਤੇ ਵਾਪਸ ਲੈ ਆਓ ਤੇ ਵੀਡੀਓ ਦਾ ਫਿਰ ਐਂਡ ਕਰੀਏ ਜ਼ਰਾ ਚਲੋ ਲੈ ਆਓ ਵਾਪਸ ਲਓ ਜੀ ਦੋਸਤੋ ਵੀਡੀਓ ਦਾ ਜਨਾਬ ਜਿਹਨੂੰ ਅਸੀਂ ਐਂਡ ਕਰਨੇ ਆ ਤੇ ਦੁਆਵਾਂ ਸਾਨੂੰ ਯਾਦ ਰੱਖਿਆ ਕਰੋ ਰੱਬ ਰੱਖਿਆ ਜੀ